ਸਾਡੇ ਪਠਾਨਕੋਟ ਦੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਜੋ ਹਦਾਇਤਾਂ ਹੋਈਆਂ ਨੇ ਵੀ ਉਹਨਾਂ ਦੇ ਮੁਤਾਬਕ ਕੱਲ੍ਹ ਕੰਦਰੋੜੀ ਮੋੜ 'ਤੇ ਨਾਕਾ ਲਗਾਇਆ ਸੀ ਐਸ ਐਚ ਓ ਸਾਹਿਬ ਨੇ ਸਮੇਤ ਪੁਲਿਸ ਪਾਰਟੀ, ਅਤੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਜਿਹੜੀ ਆ ਉਹ ਹਿਮਾਚਲ ਸਾਈਡ ਤੋਂ ਆ ਰਹੀ ਹੈ, ਜੋ ਥੋੜ੍ਹੀ ਦੇਰ ਬਾਅਦ ਹੀ ਇੱਕ ਗੱਡੀ ਸਵਿਫਟ ਵਾਈਟ ਕਲਰ ਦੀ ਸਵਿਫਟ ਡਿਜ਼ਾਇਰ PB 35 AE 6873 ਮਾਰਕਾ ਸਵਿਫਟ ਜਿਹੜੀ ਆ ਉਹ ਹਿਮਾਚਲ ਸਾਈਡ ਤੋਂ ਆਈ ਹੈ। ਉਹਨੂੰ ਸਾਡੀ ਮਦਦ ਨਾਲ ਐਸ ਐਚ ਓ ਸਾਹਿਬ ਨੇ ਸਾਰਿਆਂ ਦੀ ਮਦਦ ਨਾਲ ਕਾਬੂ ਕੀਤਾ, ਕਾਬੂ ਕਰਕੇ ਉਹ ਨਾਮ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂ, ਇੱਕ ਨੇ ਅਮਨ ਪੁੱਤਰ ਵਿਜੇ ਕੁਮਾਰ ਵਾਸੀ ਨਰੰਗਪੁਰ ਪਨਿਆੜ ਅਤੇ ਦੂਜਾ ਸ਼ਮਸ਼ੇਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਨਿਆੜ ਥਾਣਾ ਦੀਨਾਨਗਰ, ਸੂਰਜ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਨਿਆੜ ਦੀਨਾਨਗਰ, ਤਿੰਨੋਂ ਬੰਦੇ ਦੀਨਾਨਗਰ ਦੇ ਨੇ। ਇਹਨਾਂ ਕੋਲ 33 ਗ੍ਰਾਮ ਜਿਹੜਾ ਆਪਣੇ ਚਿੱਟਾ ਬਰਾਮਦ ਹੋਇਆ ਅਤੇ 1,25,000 ਜਿਹੜਾ ਆਪਣੇ ਡਰੱਗਸ ਮਨੀ ਹੈ ਜਿਹੜੀ ਉਹ ਮਿਲੀ ਜਿਹਨਾਂ